ਤੇ ਸ਼ਬਦ ਅਨਹਦ ਨਾਦ ਇਹ ਸੁਣਨਾ ਤੁਹਾਨੂੰ ਸ਼ੁਰੂ ਹੋ ਜਾਏਗਾ। ਇਹ ਫਿਰ ਆਪਣਾ ਜਿਹੜਾ ਦਰਸ ਹੈ ਨਿੱਜ ਮਹਿਲ ਦਾ, ਜਿੱਥੇ ਮਾਲਕ ਬੈਠ ਕੇ ਸਾਨੂੰ ਸਾਰਿਆਂ ਨੂੰ ਦੇਖਦਾ ਹੈ, ਸਾਡੀ ਪਾਲਣਾ ਪੋਸ਼ਣਾ ਕਰਦਾ, ਇਹ ਫਿਰ ਦਰ ਦੀ ਆਪਾਂ ਨੂੰ ਨਿਸ਼ਾਨੀ ਦੱਸਦੇ ਨੇ। ਜੋ ਆਪਾਂ ਪੜ੍ਹਦੇ ਰੋਜ਼ ਮਾਰੇ ਕਹਿੰਦੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਦ ਵੇ ਸਰਬ ਸੰਭਾਲੇ ਬਾਜੇ ਨਾਦ ਅਨੇਕ ਸੰਖਾਂ ਕਿਤੇ ਵਾਪਨ ਹਾਰੇ। ਜਦੋਂ ਫਿਰ ਇਹ ਦਰ ਦੇ ਉੱਤੇ ਆਪਾਂ ਚਲੇ ਗਏ, ਇੱਥੇ ਸਾਨੂੰ ਸ਼ਬਦ ਸੁਣਨੇ ਸ਼ੁਰੂ ਹੋ ਗਏ, ਫਿਰ ਇਹ ਦਰ ਦੇ ਉੱਤੇ ਅਸੀਂ ਸ਼ਰਧਾ ਅਤੇ ਭਾਵਨਾ ਦੇ ਨਾਲ ਇੱਥੇ ਬੈਠਣਾ ਹੁੰਦਾ, ਮਨ ਨੇ ਆਸਣ ਲੱਗ ਗਏ। ਜਦੋਂ ਆਪਾਂ ਲਗਾਤਾਰ ਇੱਥੇ ਮਨ ਵਿਚਾਰਾਂ ਤੋਂ ਰਹਿਤ ਹੋ ਕੇ ਦਰ ਦੇ ਉੱਤੇ ਬੈਠਾ ਰਹਿੰਦਾ ਹੈ, ਸਿਮਨ ਕਰਦਾ ਰਹਿੰਦਾ ਹੈ, ਦਰ 'ਤੇ ਬੈਠਾ ਹੈ, ਫਿਰ ਮਾਲਕ ਅੰਦਰੋਂ ਦੇਖਦਾ ਹੈ ਅਤੇ ਜਦੋਂ ਉਹਨੂੰ ਸਾਡੇ 'ਤੇ ਪ੍ਰਤੀਤ ਆ ਜਾਂਦੀ ਹੈ, ਫਿਰ ਉਹ ਸਾਨੂੰ ਇੱਥੋਂ ਦਰ ਖੋਲ੍ਹ ਕੇ ਅੰਦਰ ਬੁਲਾ ਲੈਂਦਾ ਹੈ। ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਖੋਲ ਕਵਾਰਾ ਮਹਿਲ ਬੁਲਾਇਆ, ਬਈ ਜਦੋਂ ਅਸੀਂ ਦਰ ਦੇ ਉੱਤੇ ਬੈਠੇ ਮਾਲਕ ਨੇ ਉਹ ਕਬਾੜ ਦਰ ਖੋਲ੍ਹ ਕੇ ਅੰਦਰ ਮਹਿਲ ਦੇ ਵਿੱਚ ਬੁਲਾ ਲਏ ਵੀ ਲੰਘਿਓ। ਹੁਣ ਜਦੋਂ ਫਿਰ ਇੱਥੇ ਗੁਰਮੁਖ ਅੰਦਰ ਜਾਂਦੇ, ਫਿਰ ਮਾਲਕ ਉਹਨਾਂ ਤੋਂ ਪੁੱਛਦਾ ਵੀ ਕਿਵੇਂ ਆਏ ਹੋ, ਇਸੇ ਫਿਰ ਗੁਰਮੁਖ ਦੱਸਦੇ ਵੀ ਅਸੀਂ ਪਰਦੇਸ਼ ਤੋਂ ਆਏ ਹਾਂ। ਕਾਹਦੇ ਵਾਸਤੇ ਆਏ ਹਾਂ? ਕਹਿੰਦੇ ਵੀ ਅਸੀਂ ਨਾਮ ਰਤਨ ਲੈਣ ਵਾਸਤੇ ਆਏ ਹਾਂ। ਅਤੇ ਕੀ ਆਖਿਆ ਗੁਰਮੁਖਾਂ ਨੇ? ਕਹਿੰਦੇ ਪਰਦੇਸ਼ ਝਾਕ ਸੌਦੇ ਕੋ ਆਇਆ, ਬਸਤ ਅਨੂਪ ਸੁਣੀ ਲੁਭਾਇਆ, ਗੁਣ ਰਾਸ ਬਨ ਪੱਲੇ ਆਨੀ, ਰਤਨ ਦੇ ਕੇ ਮਨ ਲਪਟਾਨੀ। ਹੁਣ ਮਾਲਕ ਉਹਨਾਂ ਤੋਂ ਪੁੱਛਣ ਲੱਗੇ ਆ ਵੀ ਤੁਸੀਂ ਇਕੱਲੇ ਆਏ ਹੋ ਕਿ ਜਾਂ ਤੁਹਾਡਾ ਕੋਈ ਸਾਂਝੀਦਾਰ ਵੀ ਇਹਦੇ ਵਿੱਚ? ਫਿਰ ਇੱਥੇ ਗੁਰਸਿੱਖ ਦੱਸਦੇ ਵੀ ਸਾਡਾ ਸਾਂਝੀਦਾਰ ਗੁਰੂ ਹੈ, ਸਾਨੂੰ ਗੁਰੂ ਨੇ ਇਹ ਰਸਤਾ ਦੱਸਿਆ ਸਾਰਾ, ਉਹਨੇ ਭੇਜ ਦਿੱਤਾ ਵੀ ਕਿਵੇਂ ਅਸੀਂ ਇਹਨਾਂ ਤੱਤਾਂ ਨੂੰ ਪਾਰ ਕਰਨਾ। ਫਿਰ ਇਹਨਾਂ ਤੱਤਾਂ ਨੂੰ ਪਾਰ ਕਰਕੇ ਅਸੀਂ ਹੁਣ ਇਸ ਘਰ ਤੱਕ ਪਹੁੰਚੇ ਹਾਂ, ਅਤੇ ਇਹਦੇ ਵਿੱਚ ਸਾਡਾ ਸਾਂਝੀਦਾਰ ਜਿਹੜਾ ਗੁਰੂ ਹੈ। ਫਿਰ ਮਾਲਕ ਦੇਖਦਾ ਵੀ ਗੁਰੂ ਨਾਲ ਮਿਲ ਕੇ ਇਹਨਾਂ ਨੇ ਗੁਰੂ ਦੀ ਮਦਦ ਦੁਆਰਾ ਜਿਹੜਾ ਸਵਾਸਾਂ ਦਾ ਧਨ ਹੈ ਉਹ ਧਨ ਜਮ੍ਹਾਂ ਕਰ ਰਹੇ ਹਨ। ਉਹ ਫਿਰ ਧਨ ਜਿਹੜਾ ਜਮ੍ਹਾਂ ਹੁੰਦਾ, ਜਿਹੜਾ ਇਹ ਆਪਾਂ ਹੁਣ ਸਿਮਨ ਕਰਦੇ ਹਾਂ, ਸੰਗਤ ਕਰਦੇ ਹਾਂ, ਜਿਹੜਾ ਆਪਣਾ ਸਵਾਸਾਂ ਦਾ ਧਨ ਜਮ੍ਹਾਂ ਹੁੰਦੇ ਆ ਸਾਰਿਆਂ ਦਾ, ਜਦੋਂ ਫਿਰ ਆਪਾਂ ਇੱਥੇ ਜਾਂਦੇ ਮਾਲਕ ਦੇਖਦਾ ਵੀ ਇਹਨਾਂ ਨੇ ਕਿੰਨਾ ਕੁ ਧਨ ਜਮ੍ਹਾਂ ਕਰਾਇਆ। ਉਹ ਫਿਰ ਤੋਲਦੇ ਨੇ, ਮਹਾਰਾਜ ਕਹਿੰਦੇ ਸਕਾਇਆ ਅੰਦਰ ਤੋਲਤ ਲਾਵੇ ਆਪੇ ਤੋਲਣ ਹਾਰਾ, ਬੈਠ ਕੇ ਮਾਲਕ ਨੇ ਤੋਲਿਆ। ਉਹ ਫਿਰ ਜਦੋਂ ਦੇਖਦੇ ਵੀ ਵਾਕਿਆ ਇਹਨਾਂ ਨੇ ਧਨ ਜਮ੍ਹਾਂ ਕਰਾਇਆ, ਫਿਰ ਮਾਲਕ ਖੁਸ਼ ਹੋ ਕੇ ਸਾਨੂੰ ਇੱਥੋਂ ਨਾਮ ਜਿਹੜਾ ਰਤਨ ਹੈ ਉਹਦੀ ਦਾਤ ਪ੍ਰਾਪਤ ਕਰ ਦਿੰਦੇ, ਨਾਮ ਦੀ ਦਾਤ ਸਾਨੂੰ ਇੱਥੋਂ ਮਿਲਦੀ ਹੈ। ਫਿਰ ਜਦੋਂ ਨਾਮ ਦੀ ਦਾਤ ਸਾਨੂੰ ਇੱਥੋਂ ਮਿਲਦੀ ਹੈ, ਉਦੋਂ ਫਿਰ ਕਹਿੰਦੇ ਵੀ ਇਹ ਗੁਰਸਿੱਖ ਵੱਡੇ ਭਾਗਾਂ ਵਾਲੇ ਬਣ ਗਏ ਨੇ। ਅਤੇ ਫਰਮਾਉਂਦੇ ਨੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਬਣਭਾਗੀ ਹੈ। ਫਿਰ ਉਹ ਨਾਮ ਰਤਨ ਦੀ ਜਦੋਂ ਆਪਾਂ ਨੂੰ ਪ੍ਰਾਪਤੀ ਹੋ ਜਾਂਦੀ, ਫਿਰ ਇੱਥੇ ਬੈਠ ਕੇ ਆਪਣੀ ਮਾਲਕ ਦੇ ਨਾਲ ਵਿਚਾਰ ਹੁੰਦੀ ਹੈ। ਜਦੋਂ ਇੱਥੇ ਬੈਠ ਕੇ ਆਪਣੀ ਮਾਲਕ ਦੇ ਨਾਲ ਵਿਚਾਰ ਹੁੰਦੀ, ਉਹ ਜਿਹੜੀਆਂ ਗੱਲਾਂ ਹੁੰਦੀਆਂ ਵਿਚਾਰਾਂ ਹੁੰਦੀਆਂ ਮਾਲਕ ਦੇ ਨਾਲ, ਉਹਨੂੰ ਫਿਰ ਗੁਰਬਾਣੀ ਗੁਰੂ ਵਿੱਚ ਗੂਝ ਕਥਾ ਦਾ ਨਾਮ ਦਿੱਤਾ ਹੈ ਵੀ ਗੁੱਝੇ ਭੇਤ, ਵੀ ਜੋ ਫਿਰ ਆਪਣੇ ਅਤੇ ਮਾਲਕ ਦੇ ਵਿੱਚ ਵਿਚਾਰ ਹੁੰਦੀ, ਜੋ ਵੀ ਆਪਾਂ ਫਿਰ ਮਾਲਕ ਤੋਂ ਪੁੱਛਣਾ ਚਾਹੁੰਦੇ
ਜੋ ਵੀ ਵਿਚਾਰ ਕਰਨੀ ਚਾਹੁੰਦੇ ਹੋ ਉਹ ਫਿਰ ਇੱਥੇ ਬੈਠ ਕੇ ਆਪਾਂ ਮਾਲਕ ਦੇ ਨਾਲ ਕਰ ਸਕਦੇ ਹਾਂ। ਜਿਹੜੇ ਵੀ ਗੁਰਮੁਖ ਫਿਰ ਇੱਥੇ ਜਾਂਦੇ ਨੇ ਨਿੱਜ ਮਹਿਲ ਦਸਵੇਂ ਦੁਆਰ ਫਿਰ ਘਰ ਦੇ ਵਿੱਚ, ਫਿਰ ਉਹਨਾਂ ਭਗਤਾਂ ਦੇ ਨਾਲ ਮਾਲਕ ਗੋਸ਼ਟ ਕਰਦਾ, ਉਹਨਾਂ ਨਾਲ ਵਿਚਾਰ ਕਰਦਾ, ਕਿੱਥੇ ਬਹਿ ਕੇ ਕਰਦੇ ਮਾਰੇ ਦੱਸਦੇ, ਕਹਿੰਦੇ ਸੁਨ ਸਮਾਧ ਗੁਫਾ ਅਤੇ ਆਸਣ ਕੇਵਲ ਬ੍ਰਹਮ ਪੂਰਨ ਅਤੇ ਵਾਸਣ ਭਗਤ ਸੰਗ ਭਰਾ ਗੋਸ਼ਟ ਕਰ। ਵੀ ਇਹਨੂੰ ਸਹਿਜ ਗੁਫਾ ਵੀ ਕਹਿ ਦਿੱਤਾ ਦਸਵੇਂ ਦੁਆਰ ਨੂੰ, ਵੀ ਇੱਥੇ ਜਦੋਂ ਸਾਡਾ ਮਨ ਜਾਂਦਾ ਹੈ ਇੱਥੇ ਫਿਰ ਸਾਡੀ ਮਾਲਕ ਦੇ ਨਾਲ ਵਿਚਾਰ ਹੁੰਦੀ, ਵਟਾਂਦਰਾ ਹੁੰਦਾ ਹੈ, ਫਿਰ ਇੱਥੋਂ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ। ਅਤੇ ਜਦੋਂ ਨਾਮ ਦੀ ਦਾਤ ਲੈ ਕੇ ਗੁਰਮੁਖ ਇੱਥੋਂ ਫਿਰ ਵਾਪਸ ਆਉਂਦੇ, ਜਦੋਂ ਇੱਧਰੋਂ ਵਾਪਸ ਆਉਂਦੇ ਫਿਰ ਉਹਨਾਂ ਦੀ ਸੋਭਾ ਹੋਣ ਲੱਗਦੀ, ਵਡਿਆਈ ਹੋਣ ਲੱਗਦੀ, ਵੀ ਇਹ ਨਾਮ ਰਤਨ ਲੈਣ ਗਏ ਸੀ।